ਤੁਹਾਡੇ ਲਈ ਕੁਝ ਪ੍ਰੀਮੀਅਮ ਡਿਜ਼ਾਈਨਾਂ ਔਨ ਸੂਟਸ ਲੈ ਕੇ ਆਈ ਹਾਂ ਜੋ ਮੇਰੇ ਕਿ ਬਹੁਤ ਹੀ ਰਿਪੀਟਿਡ ਆਰਡਰ ਨੇ ਇਹ ਇਹ ਮੇਰੇ ਜੋ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਮੇਰੇ ਆਰਡਰ 'ਤੇ ਬਣੇ ਹੋਏ ਨੇ ਪਰ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰ ਲਿਆ ਅਤੇ ਤੁਸੀਂ ਵੀ ਇਹਨਾਂ ਦਾ ਸਕਰੀਨਸ਼ੋਟ ਲੈ ਕੇ ਸਾਨੂੰ ਕਰ ਸਕਦੇ ਹੋ ਬਣਵਾ ਸਕਦੇ ਹੋ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਚਲੋ ਜ਼ਿਆਦਾ ਸਮਾਂ ਨਾ ਲੈਂਦੇ ਹੈ ਮੈਂ ਤੁਹਾਨੂੰ ਸੂਟਸ ਦਿਖਾਉਣਾ ਸ਼ੁਰੂ ਕਰਦੀ ਹਾਂ ਜੋ ਕਿ ਮੇਰਾ ਪਹਿਲਾ ਸੂਟ ਹੈ ਵਾਈਟ ਕਲਰ ਦਾ ਇਹ ਡਿਜ਼ਾਈਨ ਘੇਰੇ 'ਤੇ ਬਣਿਆ ਹੋਇਆ ਹੈ ਉੱਪਰ ਤੱਕ ਇਹ ਮੇਰਾ ਆਰਡਰ ਦਾ ਸੂਟ ਸੀ ਇਹ ਇੱਥੋਂ ਲੈ ਕੇ ਇੱਥੇ ਤੱਕ ਡਿਜ਼ਾਇਨ ਹੈ ਔਰ ਬਹੁਤ ਹੀ ਸੋਫਟ ਬਣਿਆ ਹੋਇਆ ਕੋਈ ਹਾਰਡ ਨਹੀਂ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੀ ਫਾਈਨ ਕੁਆਲਿਟੀ ਦੇ ਵਿੱਚ ਸੂਟ ਬਣਿਆ ਹੋਇਆ ਹੈ ਨਾਲ ਇਹਦੇ ਲੇਸ ਲੱਗੀ ਹੋਈ ਹੈ ਥੱਲੇ ਕਰੀਮ ਕਲਰ ਦੀ ਕਿਉਂਕਿ ਇਹ ਸਾਡਾ ਆਰਡਰ ਦਾ ਸੂਟ ਸੀ ਤਾਂ ਕਲਾਇੰਟ ਨੇ ਸਾਨੂੰ ਲੇਸ ਲਗਾਉਣ ਲਈ ਕਿਹਾ ਸੀ ਕਿ ਕਰੀਮ ਕਲਰ ਦੀ ਹੀ ਲੇਸ ਲਗਾਉਣੀ ਹੈ ਸੋ ਇਹ ਆਹ ਵਾਲੀ ਲੇਸ ਕੋਟਨ ਦੀ ਥੱਲੇ ਲਗਾਈ ਹੈ ਇਹ 5 ਮੀਟਰ ਸੂਟ ਹੈ ਸੈਮੀ ਕਰੇਪ ਦਾ ਘੇਰੇ 'ਤੇ ਡਿਜ਼ਾਈਨ ਹੈ ਤੁਸੀਂ ਇਹਦਾ ਸਕਰੀਨਸ਼ੋਟ ਲੈ ਕੇ ਔਡਰ ਕਰ ਸਕਦੇ ਹੋ ਸਾਡੇ ਸਕਰੀਨ 'ਤੇ ਦਿੱਤੇ ਹੋਏ ਨੰਬਰ 'ਤੇ ਐਵੇਂ ਹੀ ਬਾਜ਼ੂ 'ਤੇ ਬਣਿਆ ਹੋਇਆ ਹੈ ਆਹ ਡਿਜ਼ਾਈਨ ਇੱਕ ਇੱਧਰ ਬਾਜ਼ੂ ਬਣੀ ਹੋਈ ਹੈ ਸੋਰੀ ਇਹ ਬਾਜ਼ੂ 'ਤੇ ਨਹੀਂ ਹੈ ਇਹ ਸਾਡਾ ਬਣਿਆ ਹੋਇਆ ਹੈ ਥੱਲੇ ਉਹਨਾਂ ਨੇ ਪਲਾਜ਼ੋ 'ਤੇ ਬਣਵਾਉਣਾ ਸੀ ਤਾਂ ਉਹਨਾਂ ਨੇ ਥੱਲੇ ਬੋਟਮ 'ਤੇ ਜੋ ਮਰਜ਼ੀ ਬਣਾਉਣ ਪਲਾਜ਼ੋ ਬਣਾਉਣ ਜਾਂ ਸਲਵਾਰ ਬਣਾਉਣ ਅਸੀਂ ਉੱਥੇ ਇੱਕ ਬੂਟਾ ਉਹਨਾਂ ਨੇ ਪਵਾਇਆ ਸੀ ਇੱਕ ਇੱਧਰ ਅਤੇ ਇੱਕ ਇੱਧਰ ਬਹੁਤ ਹੀ ਸੋਫਟ ਹੈ ਕਲਰ ਹਾਰਡ ਨਹੀਂ ਮਿਲੇਗਾ ਤੁਹਾਨੂੰ ਕਿਉਂਕਿ ਥੋੜ੍ਹੇ ਲਾਈਟ ਕਲਰਸ ਦੇ ਉੱਪਰ ਸੂਟਸ ਗਰਮੀਆਂ ਦੇ ਵਿੱਚ ਵੈਸੇ ਹੀ ਲਾਈਟ ਕਲਰਸ ਚੱਲਦੇ ਨੇ ਤਾਂ ਲਾਈਟ ਕਲਰ ਦੇ ਉੱਪਰ ਵੈਸੇ ਵੀ ਪੇਂਟਿੰਗ ਬਹੁਤ ਹੀ ਸੁੰਦਰ ਬਣਦੀ ਆ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਆਲ ਓਵਰ ਹੈਵੀ ਦੁਪੱਟਾ ਨਾਲ ਬੁੱਟੀ ਪਈ ਹੋਈ ਹੈ ਸਾਰੇ ਸੂਟ ਦੁਪੱਟੇ 'ਤੇ ਹਾਫ ਪਿਓਰ ਦੇ ਦੁਪੱਟੇ 'ਤੇ ਨਾਲ ਇਹਦੇ ਚਾਰੇ ਪਾਸੇ ਬੋਰਡਰ ਗ੍ਰੀਨ ਔਰ ਰੈੱਡ ਕਲਰ ਦਾ ਬੁੱਟੀ ਉਹ ਪਿਆ ਪੱਟੀ ਪਾਈ ਹੋਈ ਹੈ ਅਤੇ ਨਾਲ ਕ੍ਰੀਮ ਕਲਰ ਦੀ ਚਾਰੇ ਪਾਸੇ ਬੋਰਡਰ ਇਹਦਾ ਪ੍ਰਾਈਜ਼ ਹੈ 3500 ਤੁਹਾਡੇ ਸਕਰੀਨ 'ਤੇ ਵੀ ਸ਼ੋਅ ਹੋ ਜਾਏਗਾ ਤੁਸੀਂ ਸਕਰੀਨਸ਼ੋਟ ਲੈ ਕੇ ਇਹਦਾ ਤੁਸੀਂ ਔਡਰ ਕਰ ਸਕਦੇ ਹੋ ਐਨੀ ਕਲਰਸ 'ਤੇ ਕਸਟਮਾਈਜ਼ ਵੀ ਹੋ ਜਾਂਦੇ ਨੇ ਸਾਡੇ ਕੋਲ ਇਹ ਇੱਕ ਸਾਡੇ ਕਲਾਇੰਟ ਦਾ ਸੀ ਉਹਨਾਂ ਨੇ ਕਰੀਮ ਕਲਰ 'ਤੇ ਬਣਵਾਇਆ ਸੀ ਇਸ ਤੋਂ ਬਾਅਦ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜੋਰਜੇਟ ਦਾ ਪੀਸ ਹੈ ਅੱਜ ਮੈਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਉਂਗੀ ਉਹ ਮੇਰੇ ਰੈਡੀ ਨਹੀਂ ਨੇ ਇਹ ਮੇਰੇ ਆਰਡਰ 'ਤੇ ਬਣੇ ਹੋਏ ਨੇ ਇਹ ਬਟ ਆਰਡਰ 'ਤੇ ਇਹ ਸੂਟ ਬਣ ਸਕਦੇ ਨੇ ਇਹ ਜੋਰਜੇਟ ਦਾ ਸੂਟ ਹੈ 5 ਮੀਟਰ ਇਹਦੇ ਥੱਲੇ ਵੀ ਅਸੀਂ ਬਲੂ ਕਲਰ ਦੀ ਲੇਸ ਲਗਾਈ ਹੈ ਔਰ ਇਹਦੇ 'ਤੇ ਵੀ ਸੋਫਟ ਕਲਰ ਆਇਆ ਹੋਇਆ ਜੋਰਜੇਟ 'ਤੇ ਇਹਦੇ ਸਾਰੇ ਇਹਦੇ ਆਹ ਜੋ ਪਾਸੇ 'ਤੇ ਕੋਰਨਰਸ 'ਤੇ ਵਾਟਰ ਪ੍ਰੈਕਟ ਦਾ ਕੰਮ ਕਰਕੇ ਪੂਰਾ ਹੈਵੀ ਲੁੱਕ ਦਿੱਤੀ ਹੋਈ ਹੈ ਘੇਰੇ ਤੋਂ ਐਲ ਸ਼ੇਪ ਦੇ ਵਿੱਚ ਇਹਦੇ ਨਾਲ ਵੀ ਹਾਫ ਪਿਓਰ ਦਾ ਹੀ ਦੁਪੱਟਾ ਆਏਗਾ 4-sided ਬਾਰਡਰ ਔਰ ਇਹਦੇ ਪੱਲਿਆਂ 'ਤੇ ਕੰਮ ਆਏਗਾ ਉਹ ਵੀ ਹੈਵੀ ਤੁਹਾਨੂੰ ਬਿਲਕੁਲ ਵੀ ਹਾਰਡ ਨਹੀਂ ਮਿਲੇਗਾ ਕਿਉਂਕਿ ਅੱਜ ਕੱਲ੍ਹ ਕਈਆਂ ਦੇ ਹਾਰਡ ਆਉਂਦੇ ਨੇ ਬਟ ਜੋ ਸਾਡੇ ਕੋਲ ਕਰਾਉਂਗੇ ਤਾਂ ਤੁਹਾਨੂੰ ਇਹ ਸੋਫਟ ਹੀ ਮਿਲੇਗਾ ਜੋ ਪੇਂਟ ਹੋਏਗਾ ਇੱਥੇ ਤਾਂ ਬਿਲਕੁਲ ਤੁਸੀਂ
वैसे उसका साथ है सॉफ्ट, बिल्कुल प्रीमियम क्वालिटी है। दोनों पल्ले आते हैं, प्राइस है 4000। ਤੁਹਾਡਾ ਸਕਰੀਨ ਤੇ ਵੀ ਸ਼ੋਅ ਹੋ ਜਾਏਗਾ ਇਹਦਾ ਪ੍ਰਾਈਸ, ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਤੇ ਬਣਵਾ ਸਕਦੇ ਹੋ। ਕਸਟਮਾਈਜ਼ ਹਰੇਕ ਡਿਜ਼ਾਈਨ ਦਾ ਹੋ ਜਾਂਦਾ, ਪਰ ਜੋ ਡਿਜ਼ਾਈਨ ਉੱਭਰ ਕੇ ਲਾਈਟਸ ਕਲਰ ਤੇ ਸਮਰ ਦੇ ਵਿੱਚ ਲਾਈਟਸ ਕਲਰ ਦੇ ਉੱਪਰ ਹੀ ਆਉਂਦਾ ਹੈ, ਆਪਾਂ ਨੂੰ ਦੂਸਰੇ ਤੇ ਵੀ ਬਣਾ ਲੈਂਦੇ ਹਾਂ। ਥਰਡ ਵਨ ਆ ਰਿਹਾ ਹੈ ਬਲੈਕ ਕਲਰ ਦਾ, ਇਹਦਾ ਵੀ ਘੇਰੇ ਤੇ ਹੀ ਕੰਮ ਹੋਇਆ ਹੋਇਆ, ਇਹ ਵੀ ਜਾਰਜਟ ਦਾ ਹੀ ਸੂਟ ਹੈ। ਇਹ ਬਹੁਤ ਹੀ ਹੈਵੀ ਸੂਟ ਡਿਜ਼ਾਈਨ ਕਰਾਇਆ ਉਹਨਾਂ ਨੇ ਪਾਰਟੀ ਵੇਅਰ, ਦਿਸਣ ਇੱਥੇ ਘੇਰੇ ਤੇ ਬਿਲਕੁਲ ਤੁਹਾਨੂੰ ਇੱਥੋਂ ਸਟਾਰਟ ਹੋ ਕੇ ਇੱਥੇ ਆ ਗਿਆ, ਆ ਉੱਪਰਲੇ ਘੇਰੇ ਤੇ ਗਲੇ ਤੇ ਵੀ ਆ ਗਿਆ। ਆ ਗਲਾ ਬਣਿਆ ਹੋਇਆ ਇਹਦੇ ਇੱਥੇ ਨਾਲ ਨਾਲ ਗਲੇ 'ਤੇ ਵੀ ਬਣਿਆ, ਨਾਲ ਇਹਨਾਂ ਦੇ ਅਸੀਂ ਮਲਟੀ ਕਲਰ ਦੀ ਲੇਸ ਲਗਾਈ ਹੈ। ਜਾਰਜਟ ਦਾ ਸੂਟ ਹੈ, ਸਲੀਵਸ 'ਤੇ ਵੀ ਕੰਮ ਹੋਇਆ ਹੋਇਆ, ਤੁਸੀਂ ਸਕਰੀਨਸ਼ੋਟ ਲੈ ਕੇ ਸਾਡੇ ਵਟਸਐਪ ਨੰਬਰ 'ਤੇ ਔਡਰ ਕਰ ਸਕਦੇ ਹੋ। ਇਹਦੇ ਨਾਲ ਸੈਮੀ ਜਾਰਜਟ ਦਾ ਦੁਪੱਟਾ, ਇਹਦੇ 'ਤੇ ਵੀ ਬੂਟੀ ਪਈ ਹੋਈ ਹੈ ਦੁਪੱਟੇ 'ਤੇ, ਫੋਰ ਸਾਈਡਿਡ ਦਿਸ ਵਨ ਐਂਡ ਸੈਂਟਰ ਦੇ ਵਿੱਚ ਵੀ ਬੂਟਾ ਆਇਆ ਹੋਇਆ। ਇਹਦੇ 'ਤੇ ਵੀ ਚਾਰੇ ਪਾਸੇ ਮਲਟੀ ਕਲਰ ਦੀ ਲੇਸ ਲਗਾਈ ਹੈ ਫਲਾਵਰਸ ਨਾਲ ਵੀ। ਇਹਦਾ ਪ੍ਰਾਈਸ ਜਾਏਗਾ 4500, ਤੁਹਾਡੇ ਸਕਰੀਨ 'ਤੇ ਵੀ ਸ਼ੋ ਹੋ ਜਾਏਗਾ। ਫੋਰਥ ਵਨ ਆ ਰਿਹਾ ਬੋਟਲ ਗ੍ਰੀਨ ਕਲਰ ਦਾ ਜਾਰਜਟ 'ਤੇ, ਇਹਦੇ 'ਤੇ ਸਿਰਫ ਗੋਲਡਨ ਵਰਕ ਹੋਇਆ ਹੋਇਆ। ਇਹ ਪਾਰਟੀ ਵੇਅਰਸ ਗਰਮੀਆਂ ਦੇ ਲਈ ਬਹੁਤ ਵਧੀਆ ਹੈ। ਇਹਦੇ 3 ਬੂਟੇ ਪਏ ਹੋਏ ਨੇ ਫਰੰਟ 'ਤੇ, 1, 2 ਐਂਡ 3, ਨਾਲ ਡੋਟ ਆ ਗਏ। ਇਹ ਸਿਰਫ ਬੰਚਸ ਪਏ ਹੋਏ ਨੇ ਗੋਲਡਨ ਕਲਰ ਦੇ, ਤੁਹਾਨੂੰ ਇਹ ਵੀ ਸੌਫਟ ਹੀ ਮਿਲੇਗਾ, ਹਾਰਡ ਨਹੀਂ ਮਿਲੇਗਾ ਬਿਲਕੁਲ ਵੀ। ਥੱਲੇ ਗੋਲਡਨ ਕਲਰ ਦੀ ਲੇਸ ਲਗਾਈ ਹੈ, ਜਾਰਜਟ ਦਾ ਸੂਟ ਹੈ। ਸਲੀਵਸ 'ਤੇ ਵੀ ਕੰਮ ਹੋਇਆ ਹੋਇਆ, ਇੱਧਰ ਇੱਕ ਇੱਕ ਬੂਟੀ ਨਾਲ ਡੋਟਸ। ਇਹਦੇ ਨਾਲ ਵੀ ਸੈਮੀ ਜਾਰਜਟ ਦਾ ਦੁਪੱਟਾ ਆਏਗਾ, ਇਹ ਦੁਪੱਟਾ ਵੀ ਬਹੁਤ ਹੀ ਸੌਫਟ ਹੁੰਦਾ ਹੈ। ਇਹਦੇ ਚਾਰੇ ਪਾਸੇ ਵੇਲ ਆਏਗੀ, ਇੱਥੋਂ ਸਟਾਰਟ ਹੋ ਕੇ ਸਾਰੀ ਰਨਿੰਗ ਦੇ ਵਿੱਚ।
विद डॉट, समझ दे लई पार्टी वेयर सूट बहुत सोहना लग रहा है, फंक्शंस ते पाया हुआ वेयर बहुत बढ़िया हो जाता है, हैवी लुक नहीं आता। एदा प्राइस जाएगा 3500। ये सूट सीगे दुपट्टा सूट, हुण मैं तुहानू विदाउट दुपट्टे तो एक सूट दिखाऊंगी ब्लॉक विद हैंड पेंट। ये भी क्रीम कलर पे बने हुए है, ये हैंड पेंट है सेमी क्रेप पे, बेल चल रही है साइड पे, इतो स्टार्ट होके इतने इतने एक साइड पे ब्लॉक होया हुआ है शर्ट आ गला, इतने तक थोड़ा ब्लॉक आएगा, इधर एक साइड पे हैंड पेंट है। एक कस्टमर ने कह के बनवाया सी, ए मेरा ऑर्डर का पीस है, सारे सारे सलवार ते भी ब्लॉक होया है कलरफुल, यदि बैक पे भी ब्लॉक का काम कर रहा है। एदा प्राइस होएगा 2000। दुपट्टा नहीं है ये नाल, अगर दुपट्टा बनवाना होगा दुपट्टे दे अलग चार्जेस हो जाएंगे, तुसी स्क्रीनशॉट लेके बनवा सकते अपना कस्टमाइज्ड करा सकते। आ सूट आ रहा है ग्रे कलर पे, आइस ग्रे कलर है ब्लॉक तो जी आया इज द फ्रंट, हाफ साइड ते बुटी है, हाफ साइड ते थले गोल्डन सॉरी सिल्वर कलर दा ब्लॉक किता होया, आ देखो सिल्वर कलर दा थले रनिंग दे विच ब्लॉक करके ऊपर तीन कलर दी बुटी पाई हुई है, इधर दो कलर दा ब्लॉक पाया होया हाफ हाफ ते, एक इधर फ्रंट ते फ्रंट पैनल जो है पैनल टाइप पे एक डिजाइन बनाया है, क्योंकि ये क्लाइंट की डिमांड सी, सो असी उन्होंने डिमांड के अकॉर्डिंग ही असी ये ब्लॉक सूट बनाया है। ना थले लेस लगाई है सिल्वर कलर की, आ सारा सलवार है, सलवार बहुत ही हैवी है, आ बैक आएगी बैक में बूटी के नाल भरिया, उन्होंने हैवी लुक चाहिए सी, सो वो कह रहे थे साडे क्लाइंट कि सानू बहुत हैवी लुक चाहिए सूट पार्टी वेयर बनाना है, सो बूटी एवं मैं भरनी चाहिए, सो असी इन्हें भर के बूटी बैक पर भी पाई है और सलवार पर भी थले सिल्वर कलर का करके रनिंग दे विच ब्लॉक उपर आ सारा तीन कलर की बूटी ब्लॉक की सलवार पर भी। कस्टमर ने सानू डिजाइन सेंड किया, सो असी बनाता, वैसे असी साढ़े आप दे डिजाइन होंगे ने ब्लॉक दे, दुपट्टा भी बिल्कुल फुल हैवी सिल्वर, ये भी हाफ पे उदा दुपट्टा है, थले सारा सिल्वर दे नाल किता है, ऊपर ओवी मल्टी तीन कलर दी जो बूटी है सारा दुपट्टे नू हैवी करता है। चारे पासे बॉर्डर भी आ गए,
ਇਹਦਾ ਪ੍ਰਾਈਸ ਹੈ 4000। ਸਕਰੀਨ ਤੇ ਵੀ ਤੁਹਾਨੂੰ ਸ਼ੋ ਹੋ ਜਾਏਗਾ, ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਬਣਵਾ ਸਕਦੇ ਹੋ। ਤੁਹਾਡਾ ਆਪਦਾ ਵੀ ਕੋਈ ਡਿਜ਼ਾਈਨ ਹੋਵੇ ਅਸੀਂ ਉਹ ਵੀ ਬਣਾ ਲੈਂਦੇ ਹਾਂ, ਕਸਟਮਾਈਜ਼ਡ ਵੀ ਹੋ ਜਾਂਦਾ ਹੈ ਹਰੇਕ ਕਲਰਸ ਦੇ ਉੱਪਰ ਜੋ ਤੁਹਾਡੀ ਚੋਇਸ ਹੋਏਗੀ, ਕਸਟਮਰ ਦੀ ਚੋਇਸ ਹੁੰਦੀ ਹੈ। ਸੋ ਅੱਜ ਸੀ ਇਹ ਤੁਹਾਡੇ ਸਾਹਮਣੇ ਸੂਟਸ ਬਲੌਕ ਐਂਡ ਹੈਂਡ ਪੇਂਟ ਦੇ। ਅਗਲੀ ਵੀਡੀਓ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ। ਤੁਸੀਂ ਮੇਰੇ ਰੂਪਸ ਕ੍ਰੀਏਸ਼ਨਸ ਜੋ ਪੇਜ ਹੈ ਇੰਸਟਾਗ੍ਰਾਮ 'ਤੇ ਵੀ ਹੈ, ਹੁਣ ਮੇਰਾ ਚੈਨਲ ਇੱਥੇ ਯੂਟਿਊਬ 'ਤੇ ਵੀ ਹੈ, ਤੁਸੀਂ ਲਾਈਕ ਸਬਸਕ੍ਰਾਈਬ ਕਰੋ, ਤੁਸੀਂ ਇੰਸਟਾਗ੍ਰਾਮ 'ਤੇ ਵੀ ਮੇਰੇ ਅਪਡੇਟਸ ਦੇਖਦੇ ਰਿਹਾ ਕਰੋ। ਸੋ ਤੁਹਾਡੇ ਤੋਂ ਵਿਦਾ ਲੈਂਦੇ ਹੋਏ ਸਤਿ ਸ਼੍ਰੀ ਅਕਾਲ।